ਤੇ ਬਾਈ ਮੈਂ ਸਵਾਲ ਜ਼ਰੂਰ ਪੁੱਛੂਗਾ ਵੀ ਗਾਉਣ ਦੀ ਜਿਹੜੀ ਚਿੰਗ ਸੀ ਇਹ ਕਿੱਥੋਂ ਲੱਗੀ? ਗਾਉਣ ਦੀ ਚਿੰਗ ਐ ਵੀ ਮੇਰੇ ਦਾਦਾ ਜੀ ਵੀ ਗਾਉਂਦੇ ਹੁੰਦੇ ਸੀ ਤੇ ਮੈਂ ਸਟਾਰ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਹੀ ਗਾਉਣਾ ਤੇ ਉਹ ਸ਼ੁਰੂ ਚੱਲਦਾ ਚੱਲਦਾ ਫਿਰ ਬਸ ਸ਼ੁਰੂ ਤੋਂ ਹੀ ਗਾਉਨੇ ਬਾਅਦ ਚ ਫਿਰ ਬੋਲੀਆਂ ਪਾਉਣ ਲੱਪੇ ਭੰਗੜੇ ਨਾਲ ਸਕੂਲ ਲੈਵਲ ਤੇ ਫਿਰ ਕਾਲਜ ਲੈਵਲ ਤੇ ਤੇ ਇਦਾਂ ਇਦਾਂ ਫਿਰ ਸਵਾਬ ਬਣਦਾ ਗਿਆ ਕਿ ਅੱਛਾ ਮਤਲਬ ਕਿ ਘਰਦਿਆਂ ਵੱਲੋਂ ਪੂਰੀ ਫੁੱਲ ਸਪੋਰਟ ਸੀ ਫੁੱਲ ਸਪੋਰਟ ਹਾਂਜੀ ਘਰਦਿਆਂ ਵੱਲੋਂ ਪੂਰੀ ਸਪੋਰਟ ਹੈ ਕੋਈ ਇਦਾਂ ਦੀ ਕੋਈ ਰੋਕ ਟੋਕ ਤਾਂ ਨਹੀਂ ਸੀ ਵੀ ਤੂੰ ਹੁਣ ਵੀ ਬਸ ਕਰਦਾ ਵੀ ਹੁਣ ਤੂੰ ਕਲਾਕਾਰੀ ਦੀ ਕਿੱਥੇ ਪੈ ਗਿਆ ਕਿਉਂਕਿ ਇੱਕ ਤੁਹਾਡਾ ਜਿਹੜਾ ਗਾਣਾ ਸੀ ਮੈਂ ਦਰਸ਼ਕਾਂ ਨੂੰ ਜ਼ਰੂਰ ਸਾਂਝੀ ਕਰਨੇ ਚਾਹੂੰਗਾ ਇਹ ਚੀਜ਼ ਕਿਉਂਕਿ ਅੜੀ ਜੱਟ ਦੇ ਵਿੱਚ ਤੁਸੀਂ ਜਿਹੜੀ ਸਟਾਰਟਿੰਗ ਜਿੱਥੋਂ ਵੀਡੀਓ ਦੀ ਹੁੰਦੀ ਹੈ ਉੱਥੇ ਜਿਹੜੇ ਤੁਹਾਡੇ ਫਾਦਰ ਸਾਹਿਬ ਦਾ ਰੋਲ ਨਿਭਾ ਰਹੇ ਨੇ ਉਹ ਤੁਹਾਨੂੰ ਇਹ ਗੱਲ ਕਹਿੰਦੇ ਨੇ ਕਿ ਬਾਈ ਆ ਕਲਾਕਾਰੀ ਜਿਹੜੀ ਹੈ ਬਹੁਤ ਹੀ ਟਾਈਮ ਨਹੀਂ ਚੱਲਣੀ ਹੁਣ ਤੂੰ ਕੋਈ ਕੋਈ ਆਪਣਾ ਬਿਜ਼ਨਸ ਦੇਖ ਕੋਈ ਹੈ ਨਾ ਹਾਂਜੀ ਹਾਂ ਕੰਮ ਕਰ ਇਹ ਅਸਲੀਅਤ ਦੇ ਵਿੱਚ ਤਾਂ ਨਹੀਂ ਕਿਤੇ ਨਹੀਂ ਨਹੀਂ ਫੁੱਲ ਸਪੋਰਟ ਆ ਜੀ ਸਭ ਤੋਂ ਪਰਿਵਾਰ ਵੱਲੋਂ ਵੀ ਅੱਗੋਂ ਪਿੱਛੋਂ ਸਾਰੇ ਯਾਰਾਂ ਮਿੱਤਰਾਂ ਦੀ ਪੂਰੀ ਸਪੋਰਟ ਆ ਜੀ ਕੋਈ ਇਹੋ ਜੀ ਗੱਲ ਨਹੀਂ ਕੋਈ ਹਾਂਜੀ ਓਕੇ ਰਿਪੋਰਟ ਹੈ ਤੇ ਹੁਣ ਫਿਲਹਾਲ ਤੁਸੀਂ ਮਹਿੰਦਰਾ ਕਾਲਜ ਦੇ ਵਿੱਚ ਪੜ੍ਹ ਰਹੇ ਹੋ ਹਾਂਜੀ ਹਾਂ ਮਹਿੰਦਰਾ ਕਾਲਜ ਕੋਈ ਫਰਕ ਦਿਖ ਰਿਹਾ ਪਹਿਲਾਂ ਨਾਲੋਂ ਜਿਵੇਂ ਤੁਸੀਂ ਲੱਗੇ ਸੀ ਪੜ੍ਹਨ ਤੇ ਹੁਣ ਜਿਵੇਂ ਆਲਰੇਡੀ ਇੱਕ ਨਾਮ ਮੈਂ ਕਹਿ ਸਕਦਾ ਵੀ ਇੰਡਸਟਰੀ ਦੇ ਵਿੱਚ ਹੁਣ ਲੋਕ ਜਾਣਦੇ ਨੇ ਵੀ ਨਿਰਵੈਰ ਪੰਨੂ ਇੱਕ ਸਿੰਗਰ ਹੈ ਹਾਂਜੀ ਕੋਈ ਫਰਕ ਪਿਆ ਲੋਕਾਂ ਦੇ ਨਜ਼ਰੀਏ ਦੇ ਵਿੱਚ ਦੇਖਣ ਦੇ ਵਿੱਚ ਬਾਤਚੀਤ ਦੇ ਵਿੱਚ ਨਹੀਂ ਬਿਲਕੁਲ ਫਰਕ ਪੈਂਦਾ ਹੀ ਹੈ ਜੀ ਜਦੋਂ ਹੌਲੀ ਹੌਲੀ ਬੰਦਾ ਕਿਸੇ ਮੁਕਾਮ ਤੇ ਹੁੰਦਾ ਤਾਂ ਪਿਆ ਫਰਕ ਤਾਂ ਬਿਲਕੁਲ ਤੇ ਹਰ ਇੱਕ ਬੰਦਾ ਵਧੀਆ ਐਪਰੀਸ਼ੀਏਟ ਕਰ ਰਿਹਾ ਤੇ ਬੜਾ ਸਤਿਕਾਰ ਦੇ ਰਿਹਾ ਸਾਰੇ ਕੋਈ ਐਸੇ ਲੋਕ ਵੀ ਹੋਣਗੇ ਜਿਹੜੇ ਪਹਿਲਾਂ ਲੱਤਾਂ ਖਿੱਚਦੇ ਸੀ ਤੇ ਅੱਜ ਮਗਰ ਮਗਰ ਫਿਰਦੇ ਹੋਣਗੇ ਉਹ ਸਭ ਹੀ ਹੁੰਦੇ ਆ ਜੀ ਚੱਲੀ ਜਾਂਦਾ ਬਸ ਜਿਹੜਾ ਜੀ ਅੱਜ ਕੱਲ ਹਰੇਕ ਯੰਗਸਟਰ ਦਾ ਮਨ ਹੁੰਦਾ ਵੀ ਮੈਂ ਵੀ ਇੱਕ ਆਰਟਿਸਟ ਬਣ ਜਾ ਮੇਰੇ ਕੋ ਵੀ ਪੈਸੇ ਹੋਣ ਮੇਰੇ ਕੋ ਫੇਮ ਹੋਵੇ ਬਿਲਕੁਲ ਬਿਲਕੁਲ ਮੈਂ ਪੁੱਛਣਾ ਚਾਹੂੰਗਾ ਕਿ ਕਿੰਨਾ ਕੁ ਔਖਾ ਆ ਇੱਕ ਨਵੇਂ ਆਰਟਿਸਟ ਵਾਸਤੇ 뮤직 ਇੰਡਸਟਰੀ ਦੇ ਵਿੱਚ ਆਉਣਾ ਔਖਾ ਮੈਨੂੰ ਲੱਗਦਾ ਵੀ 70% ਇਹ ਚ ਕਿਸਮਤ ਆ ਤੇ 30% ਉਹਦੀ ਆਪਦੀ ਮਿਹਨਤ ਆ ਤੇ ਕਿਸਮਤ ਨਾਲ ਹੀ ਬੰਦਾ ਅੱਗੇ ਆਉਂਦਾ ਬੜਾ ਭਾਰੂ ਵੀ ਨਹੀਂ ਕਿਸਮਤ ਨੂੰ ਲੈਣਾ ਪਰ ਐ ਆ ਵੀ ਕਹਿ ਲਈ ਵੀ ਕਿਸਮਤ ਮੇਨ ਆ ਮੇਰੇ ਹਿਸਾਬ ਨਾਲ ਤਾਂ ਵੀ ਕਿਸਮ ਨਾਲ ਚੱਲਦਾ ਕਿਉਂਕਿ ਬਹੁਤ ਸੋਹਣੀਆਂ ਆਵਾਜ਼ਾਂ ਹਜੇ ਵੀ ਦਬੀਆਂ ਪਈਆਂ ਕਿਤੇ ਨਾ ਕਿਤੇ ਬਿਲਕੁਲ ਤੇ ਉੱਥੇ ਫਿਰ ਕਿਸਮਤ ਦਾ ਕੰਮ ਮੈਨੂੰ ਲੱਗਦਾ ਵੀ ਕਰਦਾ ਮਾਲਕ ਕਰਨ ਵਾਲਾ ਸਾਰਾ ਜਿਹਨੂੰ ਜਿੱਥੇ ਰੱਖਣਾ ਉਹਨੇ ਉਹਨੂੰ ਉੱਥੇ ਉਹਨਾਂ ਨੂੰ ਦਊਗਾ ਤੇ ਕਿੰਨਾ ਕੁ ਜ਼ਰੂਰੀ ਹੈ ਇੱਕ ਬੰਦੇ ਨੂੰ ਸਿੱਖ ਕੇ ਆਉਣਾ ਤੇ ਸਿੱਧਾ ਹੀ ਇੰਡਸਟਰੀ ਦੇ ਵਿੱਚ ਐਂਟਰੀ ਲੈਣੀ ਨਹੀਂ ਬਿਲਕੁਲ ਸਿੱਖਣਾ ਵੀ ਇੱਕ ਚੰਗੀ ਗੱਲ ਆ ਸਿੱਖਦੇ ਰਹਿਣਾ ਚਾਹੀਦਾ ਵਾ ਤੇ ਕਈ ਵਾਰੀ ਕਲਾ ਜਿਹੜੀ ਆ ਨੈਚੁਰਲਟੀ ਹੁੰਦੀ ਆ ਕਲਾ ਬੰਦੇ 'ਚ ਨੈਚੁਰਲ ਹੁੰਦੀ ਆ ਤੇ ਮੇਰੇ ਹਿਸਾਬ ਨਾਲ ਮੈਂ ਵੀ ਸਿੱਖਦਾ ਰਿਹਾ ਪਹਿਲਾਂ ਸਿੱਖ ਦਾ ਇਸ ਹਿਸਾਬ ਨਾਲ ਰਿਹਾ ਵੀ ਕਦੇ ਕਿਸੇ ਨੂੰ ਸੁਣ ਲਿਆ ਕਦੇ ਕਿਸੇ ਨੂੰ ਸੁਣ ਲਿਆ ਤੇ ਇੱਕ ਗਾਉਣ ਦਾ ਅੰਦਰ ਹੈ ਇਹ ਸੀ ਚਾਹ ਤੇ ਉਹ ਗਾਉਂਦੇ ਗਏ ਤੇ ਹੌਲੀ ਹੌਲੀ ਉਹ ਨਿਖਾਰ ਆਉਂਦਾ ਗਿਆ ਤੇ ਮੇਰੇ ਹਿਸਾਬ ਨਾਲ ਵੀ ਸਿੱਖ ਕੇ ਆਉਣਾ ਹੀ ਚੰਗੀ ਗੱਲ ਆ ਐਵੇਂ ਬਿਨਾਂ ਸਿੱਖੇ ਤਾਂ ਫਿਰ ਉਹ ਕਹਿੰਦੇ ਕੱਚਾ ਰਹਿ ਕੇ ਕਾਹਨੂੰ ਫਿਰ ਪੱਕਾ ਹੀ ਰਹਿਣਾ ਪੈਂਦਾ ਬੰਦੇ ਵੀ ਤੁਹਾਨੂੰ ਲੱਗਦਾ ਵੀ ਜੇ ਆਪਾਂ ਸਟਰਗਲ ਕਰਕੇ ਆਈਏ ਤਾਂ ਉਹ ਜ਼ਿਆਦਾ ਵਧੀਆ ਹੈ ਵੀ ਸਿੱਧੀ ਜਿਹੜੀ ਇੱਕ ਸਫਲਤਾ ਮਿਲੀ ਆ ਉਹ ਇੰਨੀ ਦੇਰ ਤੱਕ ਨਹੀਂ ਟਿਕਦੀ ਹਾਂਜੀ ਹਾਂ ਨਹੀਂ ਨਹੀਂ ਸਵਾਦ ਵੀ ਉਸ ਚੀਜ਼ ਦਾ ਜਦੋਂ ਆਪਾਂ ਫਿਰ ਸੋਚਦੇ ਹਾਂ ਉਸ ਬਾਰੇ ਵੀ ਐਵੇਂ ਫਿਰ ਗੱਲਾਂ ਬਾਤਾਂ ਹੁੰਦੀਆਂ ਤੇ ਉਹਦਾ ਫਿਰ ਸਵਾਦ ਵੀ ਆਉਂਦਾ ਫਿਰ ਯਾਦ ਰਹਿੰਦੇ ਆਪਣੇ ਪੈਰ ਥੱਲੇ ਰਹਿੰਦੇ ਨਹੀਂ ਤਾਂ ਫਿਰ ਬੰਦਾ ਹਵਾ 'ਚ ਉੱਡਦਾ ਵੀ ਨਹੀਂ ਬਿਲਕੁਲ ਬਿਲਕੁਲ ਅੱਛਾ ਬਾਈ ਮੈਂ ਇਹ ਵੀ ਜਾਣਨਾ ਚਾਹੂੰਗਾ ਵੀ ਜਿਵੇਂ ਹੁਣ ਤੁਸੀਂ ਕਾਲਜ ਦੇ ਵਿੱਚ ਪੜ੍ਹਦੇ ਹੋ ਸਕੂਲ ਦੇ ਵਿੱਚ ਜਦ ਹੁੰਦੇ ਸੀਗੇ ਤਾਂ ਇਦਾਂ ਹੁੰਦਾ ਸੀਗਾ ਅਕਸਰ ਵੀ ਕੋਈ ਮੈਡਮਾਂ ਤੁਹਾਡੇ ਤੋਂ ਕਿਹਾ ਕੇ ਵੀ ਇੱਥੇ ਸਕੂਲ ਦੀ ਪ੍ਰੇਅਰ ਦੇ ਵਿੱਚ ਬਈ ਹੁਣ ਤੂੰ ਚੱਲ ਕੋਈ ਗਾਣਾ ਸੁਣਾ ਹਾਂਜੀ ਹਾਂ ਕਿਉਂਕਿ ਮੈਂ ਗਾਉਂਦਾ ਰਿਹਾ ਸ਼ੁਰੂ ਤੋਂ ਹੀ ਮੈਨੂੰ ਸਾਰੇ ਹੀ ਮਤਲਬ ਕਿ ਟੀਚਰ ਵੀ ਸਪੋਰਟ ਕਰਦੇ ਹੁੰਦੇ ਸੀ ਤੇ ਉਹਨਾਂ ਜ਼ਰੂਰ ਕਹਿਣਾ ਵੀ ਹਾਂ ਨਰਵੈਰ ਸੁਣਾ ਯਾਰ ਇੱਥੇ ਗੀਤ ਕਿਹੜਾ ਗਾਣਾ ਗਾਉਂਦੇ ਸੀ ਉਦੋਂ ਤਾਂ ਮਾਨਕ ਸਾਹਿਬ ਨੂੰ ਗਾਈਦਾ ਹੈਗਾ ਮੈਂ ਜ਼ਰੂਰ ਚਾਹੂੰਗਾ ਕਿ ਦੋ ਲਾਈਨਾਂ ਜੇ ਹੋ ਜਾਣ ਫਿਰ ਹਾਂਜੀ ਹਾਂ ਕੋਈ ਚੱਕਰ ਨਹੀਂ ਉਹ ਜੱਟ ਹੇਠ ਜੰਡੋਰੇ ਦੇ ਸੌ ਗਿਆ ਅੱਤ ਦਾ ਸਰਾਣਾ ਲਾ ਕੇ ਉਹ ਚੜ ਖਟਕ ਸਿਆਲਾਂ ਤੋਂ ਘੇਰਿਆ ਮਿਰਜਾ ਪਲ ਵਿੱਚ ਆ ਕੇ ਉਹ ਪੰਨ ਕਾਨੀਆਂ ਸਾਹਿਬਾਂ ਨੇ ਉਹ ਪੰਨ ਕਾਨੀਆਂ ਸਾਹਿਬਾਂ ਨੇ ਮੋਢਿਓ ਜੱਟ ਨੂੰ ਹਲੂਣ ਜਗਾਤਾ ਸਾਹਿਬਾ ਬਣੀ ਭਰਾਵਾਂ ਦੀ ਪਾਈਆਂ ਤੋਂ ਯਾਰ ਮਰਾਤਾ ਵਾਹ ਜੀ ਵਾਹ ਵਾਹ ਜੀ ਵਾਹ ਸੱਚੀ ਬਾਈ ਜੀ ਸੱਚੀ ਬਾ ਕਮਾਲ ਗਾਇਕੀ ਹੈ